ओम शांति इकती जनवरी 2022 हज़ार बई बाबा दी साकार मुरली बाबा ने किया मीठे बच्चे हूं सच की वर्तलाप करनी है जज कर सकते हो कि राइट की है तो रोंग की है मीठे बच्चे हम सच की वर्तालाप करनी है ती जज कर सकते हो कि राइट की है ਦੇ ਰੰਗ ਕੀ ਹੈ ਪ੍ਰਸ਼ਨ ਹੈ ਅੰਤਰੀਅਮੀ ਬਾਪ ਦੁਨੀਆ ਦੇ ਸਾਰੇ ਬੱਚਿਆਂ ਦੇ ਅੰਦਰ ਦੀ ਕਿਹੜੀ ਗੱਲ ਜਾਣਦੇ ਨੇ ਅੰਤਰੀਅਮੀ ਬਾਪ ਦੁਨੀਆ ਦੇ ਸਾਰੇ ਬੱਚਿਆਂ ਦੇ ਅੰਦਰ ਦੀ ਕਿਹੜੀ ਗੱਲ ਜਾਣਦੇ ਨੇ ਉੱਤਰ ਹੈ ਬਾਪ ਜਾਣਦੇ ਨੇ ਕਿ ਇਸ ਸਮੇਂ ਸਾਰਿਆਂ ਵਿੱਚ ਪੰਜ ਭੂਤ ਪਰਵੇਸ਼ ਨੇ ਰਾਵਣ ਸਰਵਵਿਆਪੀ ਨੇ ਤੁਸੀਂ ਬੱਚਿਆਂ ਨੇ ਤਾਂ ਪੰਜ ਪੁੱਤਾਂ ਦਾ ਦਾਨ ਦਿੱਤਾ ਹੈ ਲੇਕਿਨ ਕਦੇ ਕੋਈ ਵਾਪਿਸ ਲੈ ਲੈਂਦੇ ਨੇ ਮਾਇਆ ਦੀ ਬਹੁਤ ਕੜੀ ਬਾਕਸਿੰਗ ਨੇ ਬਾਰ ਬਾਰ ਹਾਰਨ ਨਾਲ ਕਮਜ਼ੋਰ ਹੋ ਜਾਂਦੇ ਨੇ ਇਸ ਲਈ ਬਾਬਾ ਕਹਿੰਦੇ ਬੱਚੇ ਦਾਨ ਦੇ ਕਰ ਫਿਰ ਵਾਪਿਸ ਨਹੀਂ ਲੈਣਾ ਹੈ ਮਾਇਆ ਤੋਂ ਹਾਰਨਾ ਨਹੀਂ ਅੰਮ੍ਰਿਤ ਵੇਲੇ ਉਠ ਬਾਬ ਨੂੰ ਯਾਦ ਕਰਨਾ ਤ ਭੂਤ ਪੱਜ ਜਾਣਗੇ ਗੀਤ ਹੈ નિર્ਬਲ ਸੇ ਲੜਾਈ ਬਲਵਾਨ ਕੀ ਬਈ ਨਿਰਬਲ ਦੀ ਲੜਾਈ ਹੈਗੀ ਐ ਬਲਵਾਨ ਦੇ ਨਾਲ ਓਮ ਸ਼ਾਂਤੀ ਦੇਖੋ ਕਹਿੋ ਜਾ ਗੀਤ ਬਣਿਆ ਹੋਇਆ ਨਹੀਂ ਪਰੰਤੂ ਸਮਝਦੇ ਕੁਝ ਵੀ ਨਹੀਂ ਹੈ ਜਿਵੇਂ ਗੀਤਾ ਭਗਵਤ ਆਦਿ ਬਣਾਏ ਹੋਏ ਨੇ ਪਰੰਤੂ ਸਮਝਦੇ ਕੁਝ ਵੀ ਨਹੀਂ ਹੁਣ ਤੁਸੀਂ ਬੱਚੇ ਇੰਨਾ ਸਾਰਿਆਂ ਦਾ ਅਰਥ ਸਮਝਦੇ ਹੋ ਤੂਫਾਨ ਤੇ ਦੀਵੇ ਦੀ ਕਹਾਣੀ ਕਿਵੇਂ ਬਣਾਈ ਨੇ ਮਨੁष्य ਤਾਂ ਇਸ ਤਰ੍ਹਾਂ ਹੀ ਸੁਣ ਲੈਂਦੇ ਨੇ ਤੁਸੀਂ ਪੂਰੇ ਅਰਥ ਨੂੰ ਜਾਣਦੇ ਹੋ ਗੱਲ ਐਥੋਂ ਦੀ ਹੈ ਛੋਟਾ ਦੀਵਾ ਤਾਂ ਕੀ ਮਾਇਆ ਦਾ ਤੂਫਾਨ ਇਹੋ ਜਾਂ ਨਹੀਂ ਜੋ ਵੱਡੇ ਵੱਡੇ ਦੀਵੇ ਨੂੰ 부ਝਾ ਦਿੰਦਾ ਨਹੀਂ ਕਦੇ ਮੁਰਝਾ ਜਾਂਦੇ ਨੇ ਯੋਗ ਘਟ ਹੋ ਜਾਂਦਾ ਹੈ ਯੋਗ ਨੂੰ ਘ੍ਰਿਤ ਕਵਾਂਗੇ ਜਿੰਨਾ ਯੋਗ ਲਗਾਵਾਂਗੇ ਉੰਨੀ ਜੋਤੀ ਜਗੀ ਰਹੇ ਤਾਂ ਇਹ ਗੱਲ ਹੁੰਦੀ ਹੈ ਆਤਮਾਵਾਂ ਦੀ ਜੋਤੀ ਜਗਾਨ ਦੇ ਲਈ ਸ਼ਮਾ ਨੂੰ ਆਣਾ ਪੈਂਦਾ ਹੈ ਜਿਸ ਨੂੰ ਹੀ ਪਰਮਾਤਮਾ ਕਿਹਾ ਜਾਂਦਾ ਹੈ ਪਰਵਾਨੇ ਵੀ ਮਨੁਸ਼ੇ ਦੇ ਲਈ ਕਹਿਣਗੇ ਤੁਸੀਂ ਕਹਿਣਗੇ ਪਰਮ ਪਿਤਾ ਪਰਮਾਤਮਾ ਸਾਡੇ ਸਾਹਮਣੇ ਹਾਜ਼ਰ ਹੈ ਐਨਾ ਅੱਖਾਂ ਨਾਲ ਦੇਖਦੇ ਹਾਂ ਉਹਨਾਂ ਦਾ ਸਰੀਰੀਕ ਨਾਮ ਨਹੀਂ ਹੈ शिवता निराकार है ते नॉलेज फुल है नॉलेज दे रहे ने एस ਲਈ ਤੁਸੀਂ ਕਹੋਗੇ ਕਿ ਅਸੀਂ હાજર ਦੇਖਦੇ ਹਾਂ ਕਿਉਂਕਿ ਉਹਨਾਂ ਵਿੱਚ ਅਸੀਂ ਉਹਨਾਂ ਤੋਂ ਅਸੀਂ ਨੌਲੇਜ ਲੈਂਦੇ ਹਾਂ ਸੁਨਾਨ ਵਾਲਾ ਹੈ ਸ਼ਿਵ ਮਨੁष्य ਕਹਿੰਦੇ ਨੇ ਪਰਮਾਤਮਾ ਹਾਜ਼ਿਰ ਹਜੂਰ ਹੈ ਪਰੰਤੂ ਪੁੱਛੋ ਕਿੱਥੇ ਹੈ ਕਹਨਗੇ ਸਰਵ ਵਿਆਪੀ ਹੈ ਇਹ ਤਾਂ ਗੱਲ ਹੀ ਨਹੀਂ ਠਹਿਰਦੀ ਤੁਸੀਂ ਆ ਕੇ ਰਾਯੋਗ ਸਿਖਾਉਂਦੇ ਹੋ ਤੁਸੀਂ ਜਾਣਦੇ ਹੋ ਸ਼ਿਬਾਬਾ ਸਾਨੂੰ ਪੜਾ ਰਹੇ ਨੇ ਜ਼ਰੂਰ ਅੱਖਾਂ ਨਾਲ ਦੇਖਾਂਗੇ ਨਾ ਆਤਮਾ ਵੀ ਹੈ ਨਾ ਤੁਸੀਂ ਕਹਿੰਦੇ ਹੋ ਅਸੀਂ ਆਤਮਾ ਹਾਂ ਜ਼ਰੂਰ ਸਟਾਰ ਮਿਸਲ ਹਾਂ ਦੇਖਣ ਵਿੱਚ ਵੀ ਆਂਦੀ ਹੈ ਖੁਦ ਆਤਮਾ ਕਹਿੰਦੀ ਹੈ ਕਿ ਮੈਂ ਸਟਾਰ ਹਾਂ ਬਹੁਤ ਮਹੀਨ ਹਾਂ ਆਤਮਾ ਭਰਕੁਟੀ ਦੇ ਵਿੱਚ ਰਹਿੰਦੀ ਹੈ ਇਹ ਵੀ ਜਾਣਦੀ ਹਾਂ ਕੋਈ ਕਹਿੰਦੇ ਅਸੀਂ ਕਿਵੇਂ ਮੰਨੀਏ ਅਥਾ ਭਰਕੁਟੀ ਵਿੱਚ ਨਹੀਂ ਸਮਝੋ ਅੱਖਾਂ ਵਿੱਚ ਨੇ ਕਿਤੇ ਨਾ ਕਿਤੇ ਤਾਂ ਹੈ ਸੇਨਾ ਆਤਮਾ ਹੀ ਕਹਿੰਦੀ ਹੈ ਇਹ ਮੇਰਾ ਸ਼ਰੀਰ ਹੈ ਬੁਰਕੁਟੀ ਸ਼ੁੱਧ ਸਥਾਨ ਹੈ ਇਸ ਲਈ ਆਤਮਾ ਦਾ ਨਿਵਾਸ ਸਥਾਨ ਇੱਥੇ ਦਿਖਾਂਦੇ ਨੇ ਟਿੱਕੇ ਦੀ ਨਿਸ਼ਾਨੀ ਵੀ ਇੱਥੇ ਹੀ ਦਿੱਤੀ ਜਾਂਦੀ ਹੈ ਆਤਮਾ ਕਹਿੰਦੀ ਹੈ ਮੈਂ ਇੱਕ ਸ਼ਰੀਰ ਛੱਡ ਦੂਜਾ ਲੈਣੀ ਹਾਂ ਇਸ ਵਿੱਚ ਸੰਸ਼ੇ ਦੀ ਤਾਂ ਕੋਈ ਗੱਲ ਹੀ ਨਹੀਂ ਆਤਮਾ ਯਾਦ ਕਰਦੀ ਹੈ ਪਰਮ ਪਿਤਾ ਪਰਮਾਤਮਾ ਨੂੰ ਹੁਣ ਬਾਪ ਨੂੰ ਯਾਦ ਹੁਣ ਬਾਪ ਨੇ ਯਾਦ ਦਿਲਾਈ ਨਹੀਂ ਤੁਹਾਡਾ ਪਾਟ ਪੂਰਾ ਹੋਇਆ ਹੈ ਤੁਸੀਂ ਪਤਿਤ ਬਣ ਗਏ ਹੋ ਤਾਂ ਇਸ ਨਾਲ ਸਾਰੀ ਨੌਲੇਜ ਨਿਕਲ ਗਈ ਇਹ ਵੀ ਡਰਾਮਾ ਹੈ ਕਿਸ ਨੂੰ ਦੋਸ਼ ਨਹੀਂ ਦੇ ਸਕਦੇ ਆਤਮਾ ਕਹਿੰਦੀ ਨੇ ਸਾਡੇ ਵਿੱਚ 84 ਜਨਮਾਂ ਦਾ 파ਟ ਹੈ 드라마 ਅਨੁਸਾਰ 84 ਜਨਮ ਪੋਗ ਨਹੀਂ ਪੈਂਦੇ ਨੇ ਪਤਿਤ ਹੋਣਾ ਹੀ ਪੈਂਦਾ ਹੈ ਇਹ ਹੁਣ ਤੁਸੀਂ ਜਾਣਦੇ ਹੋ ਜਦੋਂ ਸਮਝਾਇਆ ਜਾਂਦਾ ਹੈ ਤੁਸੀਂ ਕਹਿੰਦੇ ਹੋ 바바 ਬ੍ਰੋਬਰ 드라마 ਵਿੱਚ ਤਾਂ 파ਟ ਹੀ ਮੇਰਾ ਹੈ ਤੁਸੀਂ ਸਮਝਾਇਆ ਨਹੀਂ ਇਹ ਅਨਾਦੀ 드라마 ਨੇ ਅਸੀਂ 드라마 ਦੇ ਪਰ ਵਸ਼ ਹ ਹੁਣ ਤੁਸੀਂ ਈਸ਼ਵਰ ਦੇ ਵਸ਼ ਹੋ ਤਾਂ ਡਰਾਮਾ ਨੂੰ ਜਾਣਦੇ ਹੋ ਫਿਰ ਤੁਸੀਂ ਰਾਵਣ ਦੇ ਵਸ਼ ਹੋਣ ਨਾਲ ਬੇਤਾਲੇ ਬਨ ਜਾਂਦੇ ਹੋ ਬਾਬਾ ਕਹਿੰਦੇ ਨੇ ਮੈਂ ਤੁਹਾਨੂੰ ਕਿੰਨੀ ਨੌਲੇਜ ਦਿੰਦਾ ਹਾਂ ਸਬ ਕਹਿੰਦੇ ਨੇ ਇਹ ਤਾਂ ਬਿਲਕੁਲ ਨਈ ਨੌਲੇਜ ਹੈ ਸੱਚ ਤੇ ਝੂਠ ਸਿੱਧ ਕਰਕੇ ਦੱਸਿਆ ਜਾਂਦਾ ਹੈ ਭਾਰਤ ਹੀ ਸੱਚ ਖੰਡ ਤੇ ਝੂਠ ਖੰਡ ਬਣਾਉਂਦਾ ਹੈ ਬੰਦਾ ਹੈ ਸੱਚ ਖੰਡ ਵਿੱਚ ਸੱਚ ਹੀ ਹੋਏਗਾ ਝੂਠ ਖੰਡ ਵਿੱਚ ਝੂਠ ਦਾ ਹੀ ਵਰਤਾਲਾਪ ਹੈ ਹੁਣ ਜਦੋਂ ਤੱਕ ਤੁਹਾਨੂੰ ਸੱਚ ਦੀ ਵਰਤਾਲਾਪ ਨਾ ਮਿਲੇ ਤਾਂ ਤੁਸੀਂ ਜੱਜ ਕਿਵੇਂ ਕਰੋਗੇ ਬਾਪ ਕਹਿੰਦੇ ਨੇ ਹੁਣ ਤੁਸੀਂ ਜੱਜ ਕਰੋ ਕਿ ਮੈਂ ਤੁਹਾਨੂੰ ਰਾਈਟ ਸਮਝਾਉਣਾ ਹਾਂ ਜਾਂ ਉਹ ਰਾਈਟ ਸਮਝਾਂਦੇ ਨੇ ਤੁਸੀਂ ਕਹਿੰਦੇ ਹੋ ਮੈਂ ਆਤਮਾ ਹਾਂ ਮੇਰੀ ਆਤਮਾ ਨੂੰ ਕਿਉਂ ਤੰਗ ਕਰਦੇ ਹਾਂ ਆਤਮਾ ਹੀ ਤੰਗ ਹੁੰਦੀ ਹੈ ਆਤਮਾ ਅਲੱਗ ਹੋ ਜਾਂਦੀ ਹੈ ਤਾਂ ਕੋਈ ਤਕਲੀਫ ਨਹੀਂ ਰਹਿੰਦੀ ਸ਼ਰੀਰ ਦੇ ਨਾਲ ਹੀ ਆਤਮਾ ਦੁੱਖ ਸੁਖ ਭੋਗਦੀ ਹੈ ਫਿਰ ਨਿਰਲੇਪ ਕਿਉਂ ਕਹਿੰਦੇ ਹੋ ਪਰਮਾਤਮਾ ਦੇ ਲਈ ਵੀ ਕਹਿੰਦੇ ਕਿ ਉਹ ਨਾਮ ਰੂਪ ਤੋਂ ਨਿਆਰਾ ਹੈ ਲੇਕਿਨ ਜਦੋਂ ਪਰਮਾਤਮਾ ਕਹਿੰਦੇ ਹੋ ਤਾਂ ਇਹ ਵੀ ਨਾਮ ਹੋਇਆ ਨਾ ਕੋਈ ਬਦਬੂ ਕੋਈ ਬੁੱਧ-ਬੁਦਾ ਕਹਿੰਦੇ ਨੇ ਕੋਈ ਜੋਤੀ ਸਰੂਪ ਕਹਿੰਦੇ ਨੇ ਜਾਣਦੇ ਕੁਝ ਵੀ ਨਹੀਂ ਇਹ 바ਵਾ ਗੰਦੇ ਇਹ ਵੀ ਇੱਕ ਡਰਾਮਾ ਹੈ ਜੋ ਰਿਪੀਟ ਹੁੰਦਾ ਰਹਿੰਦਾ ਹੈ ਹਰ ਇੱਕ ਐਕਟਰ ਨੂੰ ਆਪਦਾ ਪਾਰਟ ਬਜਾਣਾ ਹੈ ਇੱਕ ਡਰਾਮਾ ਹੈ ਇੱਕ ਰਚਿਤਾ ਹੈ ਐਨਾ ਗੱਲਾਂ ਨੂੰ ਕੋਈ ਜਾਣਦੇ ਨਹੀਂ ਉਹ ਤਾਂ ਸਮਝਦੇ ਆਕਾਸ਼ ਵਿੱਚ ਇਹ ਜੋ ਸਟਾਰਸ ਨੇ ਉਸ ਵਿੱਚ ਵੀ ਦੁਨੀਆ ਨੇ ਉੱਥੇ ਵੀ ਜਾ ਕੇ ਅਸੀਂ ਲੈਂਡ ਕਰਾਂਗੇ ਪਲਾਂਟ ਖਰੀਦ ਕਰਾਂਗੇ ਹੁਣ ਉਹ ਸੱਤੇ ਹੈ ਜਦ ਬਾਪ ਸਮਝ ਜਾਂਦੇ ਹੈ ਉਹ ਸੱਤੇ ਹੈ ਤਬ ਬਾਪ ਨੋਹੀ ਨੌਲੇਜ ਫੋਲੋ ਮਨੁष्य ਸ੍ਰਿਸ਼ਟੀ ਦਾ ਬੀਜ ਰੂਪ ਹੈ ਕੋਈ ਤਾਂ ਬੀਜ ਹੋਏਗਾ ਨਾ ਇਸ ਕਲਪ ਬ੍ਰਿਕਸ਼ ਦਾ ਬਾਪ ਸਮਝਾਉਂਦੇ ਨੇ ਬ੍ਰਿਕਸ਼ ਵੀ ਇੱਕੋ ਹੀ ਹੈ ਇਹ ਬ੍ਰਿਕਸ਼ ਹੁਣ ਜੜ ਜੜੀ ਬੂਤ ਅਵਸਥਾ ਨੂੰ ਪਾਇਆ ਹੈ ਹੁਣ ਪੁਰਾਣਾ ਝਾੜ ਹੋ ਗਿਆ ਹੈ ਫਿਰ ਨਿਆ ਕਲਮ ਲੱਗਦਾ ਹੈ ਕਿਉਂਕਿ ਜੋ ਮੁੱਖ ਹੈ ਦੇਵੀ ਦੇਵਤਾ ਧਰਮ ਨੇ ਉਹ ਪ੍ਰਾਇਲੋਪ ਹੋ ਗਿਆ ਹੈ ਵਿਸਤਾਰ ਤਾਂ ਸਾਰਾ ਇੱਕ ਬੀਜ ਦਾ ਹੈ ਨਾ ਤਾਂ ਬਾਪ ਕਿੰਨਾ ਅੱਛੀ ਰੀਤੀ ਬੈਠ ਸਮਝਾਉਂਦੇ ਨੇ ਫਿਰ ਇਹ ਮਾਇਆ ਬਿੱਲੀ ਜੋਤੀ 부ਝਾ ਦਿੰਦੀ ਹੈ ਤੂਫਾਨ ਲੱਗਣ ਨਾਲ ਕਿੰਨੇ ਵੱਡੇ ਵੱਡੇ ਝਾੜ ਗਿਰ ਪੈਂਦੇ ਨੇ ਲਿਖਦੇ ਨੇ ਬਾਬਾ ਮਾਇਆ ਦੇ ਤੂਫਾਨ ਬਹੁਤ ਆਉਂਦੇ ਨੇ ਇਸ ਨੂੰ ਵਿਗਨ ਵੀ ਕਿਹਾ ਜਾਂਦਾ ਨੇ ਬਾਬਾ ਕਹਿੰਦੇ ਨੇ ਬਰोबर 라ਵਨ ਦੀ ਆਸਰੀ ਸੰਪਰਦਾਏ ਵਿਗਨ ਪੁੰਦੇ ਨੇ ਫਿਰ ਪੁਕਾਰਦੇ ਹਾਂ ਪੁਕਾਰ ਦੇ ਪੁਕਾਰ ਦੇ ਫਿਰ ਮਾਇਆ ਦੇ ਤੂਫਾਨ ਵਿਕਾਰਾਂ ਵਿੱਚ ਗिरा ਦਿੰਦੇ ਨੇ ਪੁਰਾਣੇ ਪੁਰਾਣੇ ਵੀ ਗਿਰ ਪੈਂਦੇ ਨੇ ਬਾਪ ਕਹਿੰਦੇ ਨੇ ਮਾਇਆ ਦੇ ਤੂਫਾਨ ਤਾਂ ਆਣਗੇ ਪਰੰਤੂ ਤੁਸੀਂ ਸਥੇਰੀਅਮ ਰਹਿਣਾ ਕਦੇ ਕਿਸੇ ਤੇ ਗੁੱਸਾ ਨਹੀਂ ਕਰਨਾ ਕਹਿੰਦੇ ਨੇ ਬਾਬਾ ਸਾਨੂੰ ਕਰੋਧ ਦੇ ਭੂਤ ਨੇ ਜਿੱਤ ਲਿਆ ਬਾਬਾ ਕਹਿੰਦੇ ਨੇ ਇਹ ਬੋਕਸਿੰਗ ਹੈ ਕੜੀ-ਕੜੀgirde ਰਵਾਂਗੇ ਤਾਂ ਕਮਜ਼ੋਰ ਬਨ ਜਾਵਾਂਗੇ ਤੁਹਾਨੂੰ ਤਾਂ ਵਿਕਾਰਾਂ ਦਾ ਦਾਨ ਦਿੱਤਾ ਹੈ ਨਾ ਦਾਨ ਦੇ ਕੇ ਫਿਰ ਵਾਪਿਸ ਨਹੀਂ ਲੈਣਾ ਕੋਈ ਵੀ ਪ੍ਰਕਾਰ ਦਾ ਦਾਨ ਦੇ ਕੇ ਫਿਰ ਵਾਪਿਸ ਨਹੀਂ ਲਿੱਤਾ ਜਾਂਦਾ ਕਹਾਣੀ ਵੀ ਹੈ ਨਾ ਰਾਜਾ ਹਰੀਸ਼ਚੰਦਰ ਨੇ ਦਾਨ ਦਿੱਤਾ ਸੀ ਤਾਂ ਇਹ ਮਿਸਾਲ ਬੈਠ ਬਣਾਈ ਨਹੀਂ ਹਾਂ ਤਾਂ ਬਾਪ ਕਹਿੰਦੇ ਨੇ ਇਨਸ਼ੋਰ ਕਰਨਾ ਹੋ ਤਾਂ ਕਰੋ ਨਹੀਂ ਕਰਾਂਗੇ ਤਾਂ ਤੁਹਾਨੂੰ ਕੁਛ ਵੀ ਨਹੀਂ ਮਿਲੇਗਾ ਵਾਸਤਵ ਵਿੱਚ ਦਾਨ ਕੀਤੀ ਹੋਈ ਚੀਜ਼ ਵਾਪਿਸ ਉਹ ਨਹੀਂ ਸਕਦੀ ਸਮਝੋ ਕਿਸੇ ਨੇ দান ਦਿੱਤਾ ਮਕਾਨ ਬਣਾਉਣ ਵਿੱਚ ਮਕਾਨ ਬਣ ਗਿਆ ਫਿਰ ਵਾਪਸ ਕਿਵੇਂ ਹੋ ਸਕਦਾ ਹੈ ਕੰਨਿਆ দান ਕੀਤੀ ਪੈਸੇ ਦਿੱਤੇ ਸ਼ਾਦੀ ਹੋ ਗਈ ਫਿਰ ਉਹ ਵਾਪਸ ਕਿਵੇਂ ਦੇਵਾਂਗੇ দান ਦਿੱਤੀ ਹੋਈ ਚੀਜ਼ ਵਾਪਸ ਆ ਨਹੀਂ ਸਕਦੀ ਤਾਂ ਬਾਪ ਸਮਝਾਉਂਦੇ ਨੇ ਤੁਸੀਂ ਬੱਚਿਆਂ ਨੂੰ ਤਾਂ ਕਿੰਨੀ ਖੁਸ਼ੀ ਹੋਣੀ ਚਾਹੀਦੇ ਨੇ ਸਭ ਸਾਧੂ ਸੰਤਾਂ ਦੀ ਕਹਿੰਦੇ ਨੇ ਕਿ ਪਰਮਾਤਮਾ ਸਰਵਵਿਆਪੀ ਨੇ ਨਾਮ ਰੂਪ ਤੋਂ ਨਿਆਰਾ ਨਹੀਂ ਹੁਣ ਨਾਮ ਰੂਪ ਤੋਂ ਨਿਆਰੀ ਤਾਂ ਕੋਈ ਚੀਜ਼ ਹੁੰਦੀ ਨਹੀਂ ਆਕਾਸ਼ ਦਾ ਵੀ ਨਾਮ ਹੈ ਨਾ ਪਰਮਾਤਮਾ ਦਾ ਸਭ ਨਾਮ ਜਪਦੇ ਨੇ ਸ਼ਿਵਲਿੰਗ ਦੀ ਮਹਿਮਾਨੀ ਫਿਰ ਨਾਮ ਰੂਪ ਤੋਂ ਨਿਆਰਾ ਕਿਵੇਂ ਕਹਿੰਦੇ ਹੋ ਪ੍ਰੰਤੂ ਹੱਥ ਨਾਲ उतर दे ही नहीं परंतु हठ तो उतरते ही नहीं ऐसे ले बाप ने समझाया नहीं कि पहले पहले कोई मिले तो पूछो परम पिता परमात्मा तो की संबंध है ओह पिता होया ना तुसी बच्चे किते भी सर्विस कर सकते हो शिव के मंदिर जाके पूछो तो पुछो परम पिता परमात्मा नाल की संबंध है ਸામਨੇ ਸ਼ਿਵ ਦਾ ਮੰਦਿਰ ਖੜਿਆ ਨੇ ਇਹ ਤੁਹਾਡਾ ਕੀ ਲੱਗਦਾ ਹੈ ਪਿਤਾ ਹੈ ਤਾਂ ਪਿਤਾ ਕਹੇ ਨਾਮ ਰੂਪ ਤੋਂ ਨਿਆਰਾ ਤੇ ਸਰਵਵਿਆਪੀ ਹੋ ਸਕਦਾ ਹੈ ਕਿ ਤਾਂ ਕਿੰਨੀ ਅੱਛੇ-ਅੱਛੀ ਗੱਲਾਂ ਸਮਝਣ ਦੀਆਂ ਨੇ ਪਿਤਾ ਕਹਿੰਦੇ ਹੋ ਤਾਂ ਜਰੂਰ ਉਹਨਾਂ ਦਾ ਨਾਮ ਰੂਪ ਵੀ ਹੈ ਬਿੰਦੀ ਕ ਕਹਿੰਦੇ ਹਾਂ ਯਾਦ ਕਰਦੇ ਹਾਂ ਤਾਂ ਜ਼ਰੂਰ ਉਹਨਾਂ ਨੇ ਉਹਨਾਂ ਤੋਂ ਕੁਝ ਪ੍ਰਾਪਤੀ ਹੋਣੀ ਚਾਹੀਦੀ ਹੈ ਤੁਸੀਂ ਇਹਨਾਂ ਗੱਲਾਂ ਨੂੰ 바ਵਾ ਗੰਦੇ ਤੁਸੀਂ ਸਭ ਗੱਲਾਂ ਨੂੰ ਤੁਹਾਡੇ ਲਈ ਸਭ ਨਹੀਂ ਸਮਝਦੇ ਭਲ ਇੱਥੇ ਸਨਮੁਖ ਬੈਠੇ ਨੇ ਉਹ ਵੀ ਸਭ ਐਨਾ ਨਿਸ਼ਚੈ ਨਹੀਂ ਕਰ ਸਕਦੇ ਅੱਜ ਹੈ ਕੱਲ ਨਹੀਂ ਰਹਿਣਗੇ ਤੁਸੀਂ ਸੁਣੋਗੇ ਫਲਾਣੇ ਚਲੇ ਗਏ ਦੇਖਦੇ ਹਾਂ ਕਿੰਨੇ ਰਫੂ ਚੱਕਰ ਹੋ ਜਾਂਦੇ ਨੇ ਤੂਫਾਨ ਵਿੱਚ ਗਿਰ ਪੈਂਦੇ ਨੇ ਵਾਸਤਵ ਵਿੱਚ ਸਾਰਾ ਗਿਆਨ ਤੁਹਾਡੀ ਬੁੱਧੀ ਵਿੱਚ ਰਹਿੰਦਾ ਹੈ ਜਿਵੇਂ 바ਵਾ ਬੀਜ ਹੈ ਤਾਂ ਉਹਨਾਂ ਦੀ ਬੁੱਧੀ ਵਿੱਚ ਸਾਰਾ ਡਰਾਮਾ ਦਾ ਗਿਆਨ ਹੈ ਜੋ ਸਿਖਾਇਆ ਨਹੀਂ ਉਹ ਤੁਹਾਡੇ ਕੋਲ ਹੀ ਹੈ ਜੋ ਤੁਸੀਂ ਕੋਈ ਨੂੰ ਵੀ ਸਮਝਾ ਸਕੋ ਨੰਬਰ ਵਾਰਤਾ ਹੈ ਹੀ ਹੈ ਕੋਈ ਦੀ ਬੁੱਧੀ ਸਤੋ ਹੈ ਕੋਈ ਦੀ ਰਜੋ ਤੇ ਤਮੋ ਬਾਬਾ ਤੋਂ ਕੋਈ ਪੁੱਛੇ ਤਾਂ ਬਾਬਾ ਦੱਸ ਸਕਦੇ ਨੇ ਇਹ ਬ੍ਰਹਮਾ ਵੀ ਕਹਿੰਦੇ ਨੇ ਅਸੀਂ ਦੱਸ ਸਕਦੇ ਹਾਂ ਕਿ ਤੁਹਾਡੀ ਬੁੱਧੀ ਸਤੋ ਪ੍ਰਧਾਨ ਹੈ ਜਾਂ ਰਜੋ ਤਮੋ ਹੈ ਸਾਰਾ ਸਰਵਿਸ ਦੇ ਉੱਪਰ ਮਦਾਰ ਹੈ ਕੋਈ ਨੂੰ ਗਿਆਨ ਦੀ ਧਾਰਨਾ ਅੱਛੀ ਹੁੰਦੀ ਹੈ ਤਾਂ ਕਵਾਂਗੇ ਸਤੋ ਪ੍ਰਧਾਨ ਬੁੱਧੀ ਹੈ ਹਰ ਇੱਕ ਖੁਦ ਵੀ ਸਮਝ ਸਕਦੇ ਨੇ ਕਿ ਮੈਂ ਕੀ ਕਰਦਾ ਹਾਂ ਪੁੱਛਦੇ ਨੇ ਬਾਬਾ ਸਾਡੀ ਕੋਈ ਭੁੱਲ ਹੈ ਬਾਬਾ ਕਹਿਣਗੇ ਨੰਬਰ 1 ਭੁੱਲ ਤਾਂ ਇਹ ਹੀ ਨੇ ਜੋ ਤੁਸੀਂ ਸਰਵਿਸ ਨਹੀਂ ਕਰਦੇ ਹੋ ਜਿਸ ਕਾਰਨ ਪਦ ਭ੍ਰਸਟ ਹੋ ਜਾਏਗਾ ਅੱਛਾ ਮਿੱਠੇ ਮਿੱਠੇ ਸਿੱਕਿ ਲਦੇ ਬੱਚਿਆਂ ਪ੍ਰਤੀ ਬਾਬਾ मात पिता बाप दादा दा याद प्यार ते गुड मॉर्निंग रूहानी बाप दी रूहानी बच्चों नमस्ते रूहानी बच्चों दी रूहानी बाप दादा जी नूँ याद प्यार गुड मॉर्निंग ते नमस्ते शुक्रिया बाबा शुक्रिया दे लई मुख्य सार है पहला विनाश तो पहला बाप तो पूरा पूरा वर्षा लेना है ਰਾਤ ਦਿਨ ਯੋਗ ਵਿੱਚ ਰਹਿ ਵਿਕਰਮ ਵਿਨਾਸ਼ ਕਰ ਨੰਬਰ ਅੱਗੇ ਲੈਣਾ ਹੈ ਦੂਸਰਾ ਦੇ ਸਹਿਤ ਪੁਰਾਣੀ ਦੁਨੀਆ ਦੇ ਸਭ ਸੰਬੰਧਾਂ ਨੂੰ ਬੁੱਧੀ ਤੋਂ ਪੁੱਲ ਇੱਕ ਬਾਪ ਨੂੰ ਯਾਦ ਕਰਨਾ ਹੈ ਜੋ ਚੀਜ਼ দান ਦੇਤੀ ਉਹਨੂੰ ਵਾਪਿਸ ਨਹੀਂ ਲੈਣਾ ਹੈ ਵਰਦਾਨ ਹੈ ਸੰਕਲਪ ਰੂਪੀ ਬੀਜ ਦੁਆਰਾ ਵਾਣੀ ਤੇ ਕਰਮ ਵਿੱਚ ਸਿੱਧੀ ਪ੍ਰਾਪਤ ਕਰਨ ਵਾਲੇ ਸਿੱਧੀ ਸਵਰੂਪ ਭਵ ਸੰਕਲਪ ਰੂਪੀ ਬੀਜ ਦੁਆਰਾ ਵਾਣੀ ਤੇ ਕਰਮ ਵਿੱਚ ਸਿੱਧੀ ਪ੍ਰਾਪਤ ਕਰਨ ਵਾਲੇ ਸਿੱਧੀ ਸਵਰੂਪ ਭਵ ਬੁੱਧੀ ਵਿੱਚ ਜੋ ਸੰਕਲਪ ਆਂਦੇ ਨੇ ਉਸ ਸੰਕਲਪ ਨੇ ਬੀਜ ਵਾਚਾ ਤੇ ਕਰਮਨਾ ਬੀਜ ਦਾ ਵਿਸਤਾਰ ਹੈ ਅਗਰ ਸੰਕਲਪ ਅਰਥਾਤ ਬੀਜ ਨੂੰ ਤਿਰਕਾਲ ਦਰਸ਼ੀ ਸਥਿਤੀ ਵਿੱਚ ਸਥਿਤ ਹੋ ਕੇ ਚੈੱਕ ਕਰੋ ਸ਼ਕਤੀਸ਼ਾਲੀ ਬਣਾਓ ਤਾਂ ਵਾਣੀ ਤੇ ਕਰਮ ਸਵਤੇ ਹੀ ਸਹਿਜ ਸਫਲਤਾ ਹੈ ਹੀ यदि बीज शक्तिशाली नहीं हुंदा त वाणी ते कर्म विच सिद्धि दी शक्ति नहीं मिलदी ਤੋ ਜ਼ਰੂਰ ਚਤੰਨੇ ਵਿੱਚ ਸਿੱਧੀ ਸਰੂਪ ਬਣੀ ਹੋ। ਤਾਂ ਹੀ ਉਹ ਤਾਂ ਜੜ ਚਿੱਤਰਾਂ ਦੁਆਰਾ ਔਰਾਂ ਨੂੰ ਵੀ ਔਰ ਵੀ ਆਤਮਾਵਾਂ ਸਿੱਧੀ ਪ੍ਰਾਪਤ ਕਰਦੀਆਂ ਨੇ। ਸਲੋਗਨ ਹੈ ਯੋਗ ਅਗਨੀ ਨਾਲ ਵਿਅਰਥ ਦੇ ਕਿਚੜੇ ਨੂੰ ਜਲਾ ਦੋ ਤਾਂ ਬੁੱਧੀ ਸ਼ੁੱਧ ਬਣ ਜਾਏਗੀ। ਯੋਗ ਅਗਨੀ ਨਾਲ ਵਿਅਰਥ ਦੇ ਕਿਚੜੇ ਨੂੰ ਜਲਾ ਦੋ ਤਾਂ ਬੁੱਧੀ ਸ਼ੁੱਧ ਬਣ ਜਾਏਗੀ। ਅੱਜ ਦਾ ਅਭਿਆਸ ਹੈ ਲਵਲੀਨ ਸਥਿਤੀ ਦਾ ਅਨੁਭਵ ਸਮੇ ਪਰਮਾਨ ਲਵ ਤੇ ਲਾ ਦੋਨਾਂ ਦਾ ਬੈਲੈਂਸ ਚਾਹੀਦਾ ਨੇ ਲਾ ਵਿੱਚ ਵੀ ਲਵ ਮਹਿਸੂਸ ਹੋ ਐਦੇ ਲਈ ਆਤਮਿਕ ਪਿਆਰ ਦੀ ਮੂਰਤੀ ਬਣੋ ਤਾਂ ਹਰ ਸਮੱਸਿਆ ਨੂੰ ਹੱਲ ਕਰਨ ਵਿੱਚ ਸਹਿਯੋਗੀ ਬਨ ਜਾਵਾਂਗੇ ਸਿੱਖਿਆ ਦੇ ਨਾਲ ਸਹਿਯੋਗ ਦੇਣਾ ਹੀ ਆਤਮਿਕ ਪਿਆਰ ਦੀ मूर्ति बनना है शिक्षा दे सहयोग देना ही आत्मिक प्यार दी मूर्ति बनना है अच्छा ओम शन